ਕਾਰਬਨ ਚੁਕਵਾਈਏ। ਲਓ ਜੀ ਆ ਰੇਡੀਏਟਰ ਕੀ ਸੀਗਾ? ਨਵਾਂ ਜੀਰੋ ਮੀਟਰ। ਨਵਾਂ ਜੀਰੋ ਮੀਟਰ ਆ ਜੀ ਰੇਡੀਏਟਰ, ਨਵਾਂ ਜੀਰੋ ਮੀਟਰ ਹੈ। ਇਹ ਮਲੰਗ ਕਰ ਰਿਹਾ ਜੀ, ਕਿੰਨਾ? ਜੀਰੋ ਜੀਰੋ ਮੀਟਰ ਹੈ ਜੀ, ਆ ਜੀਰੋ ਮੀਟਰ 3500 ਸਟੈਂਡਰਡ ਦੇ ਇੰਜਣ। ਜੀ ਬਿਸਮਿਲਲਾਹ ਰਹਿਮਾਨ ਰਹੀਮ, ਅਸਲਾਮੁ ਅਲੈਕਮ ਨਾਦਰੀਨ, ਕੀ ਹਾਲ ਹੈ ਜਨਾਬ? ਠੀਕ ਹੋ? ਉਮੀਦ ਕਰਦੇ ਵੀ ਸਾਰੇ ਖੈਰ ਖਰੀਦ ਨਾਲ ਹੋਣਗੇ। ਅੱਲਾਹ ਤਾਲਾ ਹਰ ਇਨਸਾਨ ਨੂੰ ਸਿਹਤ ਤੰਦਰੁਸਤੀ ਤਾ ਫਰਮਾਏ। ਤੁਹਾਡਾ ਵੀਰ ਸਹੀ ਸ਼ਾਨਵਾਦ, ਤੁਸੀਂ ਵੇਖਦੇ ਪਏ ਐਸ ਐਸ ਟਰਾਂਸਪੋਰਟ ਕੰਪਨੀ ਯੂਟਿਊਬ ਦਾ ਚੈਨਲ ਮੇਰਾ ਜਨਾਬ। ਨਵੀਂ ਵੀਡੀਓ ਲੈ ਕੇ ਹਾਜ਼ਰ ਹੋ ਗਿਆ ਜਨਾਬ ਤੁਹਾਡਾ ਵੀਰ। ਇਹ ਮੇਰੀ ਬੈਕ ਸਾਈਡ 'ਤੇ ਇਹ ਮਜ਼ਦਾ ਖੜਾ ਜੇ 3500 ਮਜ਼ਦਾ T3500, ਇਹ ਫਾਰ ਸੇਲ ਹੈ। ਅਗਰ ਕਿਸੇ ਭਰਾ ਨੂੰ ਮਜ਼ਦਾ T3500 18 ਫੁੱਟ ਦੀ ਜ਼ਰੂਰਤ ਹੋਵੇ ਤਾਂ ਇਹ ਗੱਡੀ ਲੈ ਸਕਦੇ ਆ। ਇਹਦੀ ਵੀਡੀਓ ਤੁਹਾਨੂੰ ਮੈਂ ਵਿਖਾ ਰਿਹਾ, ਮੁਕੰਮਲ ਵੀਡੀਓ ਦੇਖਿਆ ਜੇ, ਸਾਰੀ ਵੀਡੀਓ ਤੁਹਾਨੂੰ ਮੈਂ ਤਸੱਲੀ ਨਾਲ ਵਿਖਾਵਾਂਗਾ, ਹਰ ਚੀਜ਼ ਦੇਖਿਆ ਜੇ ਇਹਦੀ। ਵੀਡੀਓ ਦੇ ਐਂਡ ਦੇ ਉੱਤੇ ਡਿਮਾਂਡ ਉਹਦੀ ਲੋਕੇਸ਼ਨ ਗੱਡੀ ਦੀ ਸਾਰੀ ਮੈਂ ਦੱਸਾਂਗਾ, ਔਰ ਓਨਰ ਦਾ ਜਿਹੜਾ ਨੰਬਰ ਉਹ ਵੀ ਮੈਂ ਦੇ ਦਿਆਂਗਾ। ਅਤੇ ਜਿਸ ਕਿਸੇ ਭਰਾ ਨੂੰ ਜ਼ਰੂਰਤ ਹੋਵੇ ਗੱਡੀ ਦੀ, ਉਹ ਇਹ ਲੈ ਸਕਦਾ ਗੱਡੀ। ਅਤੇ ਗੱਡੀ ਦੇਖ ਲੈਂਦੇ ਪਹਿਲੇ, ਫਿਰ ਉਸ ਤੋਂ ਬਾਅਦ ਤੁਹਾਨੂੰ ਡਿਮਾਂਡ ਵੀ ਦੱਸ ਦਿੰਦੇ ਹਾਂ, ਓਨਰ ਦਾ ਨੰਬਰ ਵੀ ਦੇ ਦਿੰਦੇ ਹਾਂ। ਆਓ ਚੱਲੀਏ ਜਾ ਕੇ ਪਹਿਲੇ ਗੱਡੀ ਵੇਖੀਏ ਅਤੇ ਫਿਰ ਉਸ ਤੋਂ ਬਾਅਦ ਕਰਦਾ। ਲਓ ਜਨਾਬ ਇਹ ਗੱਡੀ ਹੈ, ਬੰਪਰ ਵਾਈਜ਼ ਗੱਡੀ ਚੈੱਕ ਕਰੋ। ਸੱਤ ਮਾਡਲ ਆ, ਲਾਹੌਰ ਦਾ ਨੰਬਰ ਲੱਗਾ ਆ, ਲੇਕਿਨ ਇਹ ਆ ਕਿ ਮਾਲਕ ਨੇ ਬਗੈਰ ਕਾਗਜ਼ਾਂ ਤੋਂ ਗੱਡੀ ਦੇਣੀ ਆ, ਕਾਗਜ਼ ਨਾਲ ਨਹੀਂ ਦੇਣੇ। ਜਿਹੜੀ ਕਾਪੀ ਲੱਗੀ ਹੋਈ ਆ ਇਹ ਕਾਪੀ ਮਾਲਕ ਨੇ ਨਹੀਂ ਦੇਣੀ, ਬਗੈਰ ਕਾਗਜ਼ਾਂ ਤੋਂ ਗੱਡੀ ਫਾਰ ਸੇਲ ਹੈ। ਫਰੰਟ ਗੱਡੀ ਦਾ ਚੈੱਕ ਕਰ ਸਕਦੇ ਤੁਸੀਂ, ਇਹ ਟਾਇਰ ਦੀ ਕੰਡੀਸ਼ਨ ਹੈਗੀ ਆ ਡਰਾਈਵਰ ਸਾਈਡ ਤੋਂ। ਛੇ ਨਟੇ ਹਿੱਸੇ ਪਏ ਨੇ, ਕਰੰਟ ਹਿੱਸੇ ਨੇ ਜਨਾਬ, 8-5-16 ਦੇ ਟਾਇਰ ਨੇ। ਡਰਾਈਵਰ ਸਾਈਡ ਤੋਂ ਗੇਟ ਤੁਹਾਨੂੰ ਚੈੱਕ ਕਰਾ ਤਾ, ਕਲਿੰਡਰ ਸਾਈਡ ਤੋਂ ਵੀ ਗੇਟ ਚੈੱਕ ਕਰਵਾ ਦਵਾਂ ਪਹਿਲੇ। ਇੱਧਰ ਗੱਡੀ ਲੱਗਣੀ ਆ, ਇੱਧਰ ਪਹਿਲੀ ਸਾਈਡ ਤੁਹਾਨੂੰ ਮੈਂ ਚੈੱਕ ਕਰਵਾ ਦਵਾਂ। ਇਹ ਕਲਿੰਡਰ ਸਾਈਡ ਤੋਂ ਗੇਟ ਹੈ, ਚੈੱਕ ਕਰ ਲਓ। ਕਲਿੰਡਰ ਸਾਈਡ ਦੇ ਟਾਇਰ ਦੀ ਕੰਡੀਸ਼ਨ ਚੈੱਕ ਕਰ ਲਓ। ਨਹੀਂ ਨਹੀਂ ਬਸ ਇਹ ਟਰਾਲੀ ਚੈੱਕ ਕਰ ਲਓ, ਕਲਿੰਡਰ ਸਾਈਡ ਤੋਂ ਬਿਲਕੁਲ ਸਾਫ਼ ਸੁਥਰੀ ਟਰਾਲੀ, ਸਾਫ਼ ਸੁਥਰਾ ਕੈਬਨ। ਇਹ ਜਿਹੜੀ ਟੋਕਰੀ ਇੱਥੇ ਲੱਗੀ ਹੁੰਦੀ ਹੈ ਅੱਗੇ ਕਸੂਰੀ ਬਾਡੀ ਨੂੰ, ਇਹ ਸਾਹੀਵਾਲ ਦੀ ਬਾਡੀ ਤਿਆਰ ਹੋਈ ਹੈ। ਸਾਹੀਵਾਲ ਦੀ ਜਿਹੜੀ ਗੱਡੀ ਆ ਉਹਨੂੰ ਇਹ ਟੋਕਰੀ ਅੱਗੇ ਨਹੀਂ ਲੱਗਦੀ, ਇਹ ਸਾਦਾ ਹੀ ਸਾਹੀਵਾਲ ਵਾਲੇ ਬਗੈਰ ਟੋਕਰੀ ਤੋਂ ਬਾਡੀ ਬਣਾਉਂਦੇ ਆ। ਜਿਹੜੀ ਵੀ ਸਾਹੀਵਾਲ ਦੀ ਬਾਡੀ ਹੋਏਗੀ ਬਗੈਰ ਟੋਕਰੀ ਤੋਂ ਹੋਏਗੀ, ਔਰ ਦੂਸਰੀ ਗੱਲ ਚਮਕ ਪੱਟੀ ਨਹੀਂ ਹੋਏਗੀ, ਸਾਦਾ ਰੰਗ ਕੀਤਾ ਹੋਏਗਾ ਬਾਡੀ ਨੂੰ। ਇਹ ਦੋ ਨਿਸ਼ਾਨੀਆਂ ਸਾਹੀਵਾਲ ਦੀਆਂ ਬਾਡੀ ਦੀਆਂ, ਇੱਕ ਔਰ ਆਸ ਦੇ ਬਣਾਈ ਹੁੰਦੀ ਹੈ ਸਮੋਸੇ ਤੋਂ ਬਗੈਰ। ਇਹ ਸਮੋਸਾ ਇੱਥੇ ਲੱਗਦਾ, ਇਹ ਸਮੋਸੇ ਤੋਂ ਬਗੈਰ ਬਣਦੀ ਬਾਡੀ। ਇਹ ਦੋ ਤਿੰਨ ਨਿਸ਼ਾਨੀਆਂ ਨੇ ਸਾਹੀਵਾਲ ਦੀ ਬਾਡੀ ਦੀਆਂ, ਅਤੇ ਸਾਦਾ ਰੰਗ ਆ। ਚਮਕ ਪੱਟੀ ਵਾਲੀ ਜਿਹੜੀ ਬਾਡੀ ਆ ਉਹ ਗਲ ਜਾਂਦੀ ਛੇਤੀ,
ਬੈਟਰੀਆਂ ਚੈੱਕ ਕਰ ਲਓ, ਫਰੇਮ ਬੜਾ ਬੜਾ ਲੋਹੇ ਦੀ ਲੜ ਲੱਗੀ ਹੋਈ ਉੱਪਰ, ਟੂਲ ਸਟੱਪਣੀ ਸਟੱਪਣੀ ਵੀ ਸਹੀ ਹੈ। ਇਹ ਜੋੜੀ ਟਾਇਰਾਂ ਦੀ ਪਿਛਲੀ ਸਿਲੰਡਰ ਸਾਈਡ ਦੀ ਮਾੜੀ ਹੈ, ਇਹ ਪਾਉਣੀ ਪੈਣੀ ਹੈ, ਇਹ ਮਾਠੀ ਹੈ। ਫਰੇਮ ਚੈੱਕ ਕਰੋ ਸਿਲੰਡਰ ਸਾਈਡ ਤੋਂ, ਇਹ ਜਨਾਬ ਬੈਕ ਸਾਈਡ ਚੈੱਕ ਕਰੋ, ਆ ਬੈਕ ਸਾਈਡ ਚੈੱਕ ਕਰੋ, ਅੰਦਰੋਂ ਫਰਸ਼ ਚੈੱਕ ਕਰ ਲਓ, ਟੂਬ ਚੈੱਕ ਕਰੋ, ਡਰਾਈਵਰ ਸਾਈਡ ਤੋਂ ਬਾਡੀ ਚੈੱਕ ਕਰੋ, ਇਹ ਜਨਾਬ ਡਰਾਈਵਰ ਸਾਈਡ ਦੀ ਜੋੜੀ ਟਾਇਰਾਂ ਦੀ, ਚੈੱਕ ਕਰ ਲਓ, ਸਾਈਡ ਬ੍ਰੇਕ ਲੱਗੀ ਹੋਈ ਜੇ ਮਲੰਗ ਸਾਹਿਬ, ਆਹ ਸਾਈਡ ਬ੍ਰੇਕ ਹੁੰਦੀ ਆ, ਇਹ ਦੇਖੋ ਇਹ ਪੂਰੀ ਸਾਈਡ ਬ੍ਰੇਕ, ਗੇਅਰ ਦੀ ਆਵਾਜ਼, ਹਿੱਸੇ ਦੀ ਆਵਾਜ਼, ਸਟੈਂਡਰ ਤੇ ਇੰਜਣ ਆ, ਸੀਟਾਂ ਦੀ ਪੋਸ਼ਿਸ਼ ਚੈੱਕ ਕਰੋ, 2 ਕਿਲੋਮੀਟਰ ਮੋਟਰ 20 ਕਿਲੋਮੀਟਰ ਬੰਦੇ ਅੰਦਰ ਦੀ ਕੰਡੀਸ਼ਨ ਸਾਰੀ ਚੈੱਕ ਕਰ ਲਓ, ਡੈਸ਼ਬੋਰਡ ਚੈੱਕ ਕਰ ਲਓ, ਕੈਬਨ ਚ ਪਾਈਏ, ਲਓ ਜੀ ਆ ਰੇਡੀਏਟਰ ਕੀ ਸੀਗਾ, ਨਵਾਂ ਜੀਰੋ ਮੀਟਰ ਆ ਜੀ ਰੇਡੀਏਟਰ, ਨਵਾਂ ਜੀਰੋ ਮੀਟਰ, ਇਹ ਮਲੰਗ ਕਹਿ ਰਿਹਾ ਜੀ, ਕਿੰਨਾ ਜੀਰੋ ਜੀਰੋ ਮੀਟਰ ਹੈ ਜੀ, ਆ ਜੀਰੋ ਮੀਟਰ 3500 ਸਟੈਂਡਰ ਤੇ ਇੰਜਣ, ਇੰਜਣ ਠੀਕ ਹੈ, ਬਾਅਦ ਹੈ ਨਾ ਇਹ ਨਾ ਡਾਊਨ ਹੋਵੇ ਇੰਜਣ, ਅੱਛਾ ਜਿੱਥੇ ਮਰਜ਼ੀ ਕਹਿੰਦਾ ਲਾ ਜਾਓ, ਭਾਵੇਂ ਪਹਾੜੀ ਇਲਾਕੇ ਲਾ ਜਾਓ, 15-16-17 ਟਨ ਤੱਕ ਪੰਪ ਆਉਂਦੀ ਹੈ ਗੱਡੀ, ਇਹ ਵਜ਼ਨ ਜਿੰਨਾ ਮਰਜ਼ੀ ਵਜ਼ਨ ਪਾ ਲਓ, ਕੋਈ ਮਸਲਾ ਹੀ ਨਹੀਂ, ਲਓ ਜੀ ਚਲੋ ਜੀ ਬੰਦ ਕਰੋ।
ਇਹ ਜਨਾਬ ਪੂਰੀ ਲੁੱਕ ਗੱਡੀ ਦੀ। ਲਓ ਜੀ ਜਨਾਬ, ਇਹ ਸੀ ਅੱਜ ਦੀ ਵੀਡੀਓ ਜਿਹੜੀ ਮੈਂ ਆਪਣੀ ਨਾਦਰੀ ਨਾਲ ਸ਼ੇਅਰ ਕੀਤੀ ਆ। ਜਿਹੜੀ ਗੱਡੀ ਆ ਫਾਰ ਸੇਲ ਆ, ਬਗੈਰ ਕਾਗਜ਼ਾਂ ਤੋਂ ਗੱਡੀ ਮਿਲਣੀ ਆ, ਕਾਗਜ਼ ਨਾਲ ਕਾਪੀ ਨਹੀਂ ਮਿਲਣੀ, ਬਗੈਰ ਕਾਗਜ਼ਾਂ ਤੋਂ। ਸਾਹੀਵਾਲ ਦੀ ਇਹਦੀ ਲੋਕੇਸ਼ਨ ਹੈਗੀ ਆ ਅਤੇ ਡਿਮਾਂਡ ਇਹਦੀ ਹੈਗੀ ਆ 29 ਲੱਖ ਰੁਪਈਆ। ਮੌਕੇ ਨਾਲ ਕਮੀ ਪੇਸ਼ੀ ਹੋ ਜਾਵੇਗੀ, ਲੱਖ ਹੋ ਜਾਵੇ, 1.5 ਲੱਖ ਹੋ ਜਾਵੇ, ਜਿਹੜੇ ਵੀ ਹੋ ਜਾਵੇ ਉਹ ਮੌਕੇ ਨਾਲ ਹੋਣੀ ਹੈ। ਨਗਦ ਗੱਡੀ ਵੇਚਣੀ ਉਹਨਾਂ ਨੇ, ਬਗੈਰ ਕਾਗਜ਼ਾਂ ਤੋਂ ਵੇਚਣੀ। ਨੰਬਰ ਜਿਹੜਾ ਵਾ ਸਕਰੀਨ 'ਤੇ ਚੱਲ ਰਿਹਾ ਮਾਲਕ ਦਾ, 0306 69 43 319 69 43 319 0306 ਇਹ ਮਾਲਕ ਦਾ ਨੰਬਰ ਜੇ ਸਾਹੀਵਾਲ ਦੀ ਲੋਕੇਸ਼ਨ ਆ। ਜਿਸ ਕਿਸੇ ਭਰਾ ਨੂੰ ਜ਼ਰੂਰਤ ਹੋਵੇ ਉਹ ਇਸ ਨੰਬਰ 'ਤੇ ਰਾਬਤਾ ਕਰਕੇ ਗੱਡੀ ਲੈ ਸਕਦਾ ਜੇ। ਮਿਹਰਬਾਨੀ, ਬਹੁਤ ਸ਼ੁਕਰੀਆ ਜਨਾਬ। ਨੈਕਸਟ ਵੀਡੀਓ ਫਿਰ ਆਦਰ ਹੋਏਗਾ। ਤੁਹਾਡਾ ਵੀਰ ਸਜੇ ਸ਼ਾਨਵਾਦ ਜਨਾਬ, ਇਜਾਜ਼ਤ ਦਿਓ ਜਨਾਬ, ਅੱਲਾ ਹਾਫਿਜ਼।